ਦੋਸਤੋ, ਜਿਵੇਂ ਕਿ ਤੁਸੀਂ ਥੰਬਨੇਲ ਦੇਖ ਲਿਆ ਕਿ ਅੱਜ ਆਪਾਂ ਗੱਲ ਕਰਾਂਗੇ ਲੋਨ ਦੇ ਉੱਤੇ, ਕਰਜ਼ੇ ਦੇ ਉੱਤੇ ਵਿਆਜ ਮਾਫੀ ਦੀ। ਕਿਹਨਾਂ ਕਿਹਨਾਂ ਲੋਕਾਂ ਨੂੰ ਹੈ ਜਿਹੜਾ ਵਿਆਜ ਮਾਫ ਹੋਏਗਾ ਅਤੇ ਕਿਹੜਾ ਵਿਆਜ ਆ ਉਹ ਜਿਹੜਾ ਮਾਫ ਹੋਏਗਾ, ਕਿਹੜਾ ਤੁਹਾਨੂੰ ਨਹੀਂ ਭਰਨਾ ਪਏਗਾ, ਇਹ ਸਾਰੇ ਆਪਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਆਪਾਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਕਿ ਕਿਹੜਾ ਜਿਹੜਾ ਵਿਆਜ ਹੈ ਤੁਹਾਨੂੰ ਉਹ ਤੁਹਾਨੂੰ ਵਿਆਜ ਨਹੀਂ ਭਰਨਾ। ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇਹ ਵਿਆਜ ਕਿਹੜਾ ਹੁੰਦਾ ਹੈ ਜਿਹੜਾ ਤੁਹਾਨੂੰ ਭਰਨਾ ਨਹੀਂ ਹੈ। ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਆਪਾਂ ਹੋਮ ਲੋਨ ਲੈ ਲੈਂਦੇ ਹਾਂ, ਪਰਸਨਲ ਲੋਨ ਲੈ ਲੈਂਦੇ ਹਾਂ, ਠੀਕ ਹੈ ਜੀ, ਜਾਂ ਫਿਰ ਕਾਰ ਜਾਂ ਬਾਈਕ 'ਤੇ ਲੋਨ ਲੈ ਲੈਂਦੇ ਹਾਂ। ਇਹਨਾਂ ਦੇ ਲੋਨ ਦੇ ਉੱਤੇ ਜਿਹੜਾ ਕਰਜ਼ਾ ਆਪਾਂ ਲੈਂਦੇ ਹਾਂ, ਠੀਕ ਹੈ ਜੀ, ਇਹਦੇ ਉੱਤੇ ਆਪਾਂ ਨੂੰ ਕਿਸ਼ਤਾਂ ਬਣਾ ਦਿੱਤੀਆਂ ਜਾਂਦੀਆਂ ਨੇ। ਇਹਨਾਂ ਦੇ ਜਿਹੜੀ ਕਿਸ਼ਤ ਆਪਾਂ ਨੂੰ ਬਣਾ ਦਿੱਤੀ ਜਾਂਦੀ ਹੈ, ਇਹਦੇ ਵਿੱਚ ਆਪਣਾ ਜਿਹੜਾ ਵਿਆਜ ਹੁੰਦਾ ਉਹ ਵੀ ਇੰਕਲੂਡ ਹੁੰਦਾ। ਜਿਵੇਂ ਕਿ ਤੁਹਾਨੂੰ ਦੱਸ ਦਿਆਂ ਕਿ ਜੇ ਕੋਈ ਲੱਖ ਰੁਪਈਆ ਲੈ ਲੈਂਦਾ ਜਾਂ ਫਿਰ ਲੱਖ ਰੁਪਏ ਦਾ ਸਮਾਨ ਲੈ ਲੈਂਦਾ ਕੰਪਨੀ ਦੇ ਉੱਤੋਂ, ਠੀਕ ਹੈ ਜੀ, ਅਤੇ ਉਹਦੇ ਉੱਤੇ ਇੱਕ ਵਿਆਜ ਲਾ ਦਿੱਤਾ ਜਾਂਦਾ ਅਤੇ ਉਸ ਵਿਆਜ ਨੂੰ ਉਹਦੇ ਵਿੱਚ ਜੋੜ ਕੇ, ਜਿਵੇਂ ਆਪਾਂ 3 ਸਾਲ ਦੇ ਵਿੱਚ ਭਰਨਾ ਹੈ ਉਹ, ਤਾਂ 3 ਸਾਲ ਦਾ ਉਹ ਵਿਆਜ ਲਾ ਕੇ ਉਹਦੇ ਵਿੱਚ ਟੋਟਲ ਕੀਤਾ ਜਾਂਦਾ ਹੈ, ਠੀਕ ਹੈ, ਫਿਰ ਕਿਸ਼ਤ ਬਣਾ ਦਿੱਤੀ ਜਾਂਦੀ ਹੈ। ਉਰੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ 2 ਤਰ੍ਹਾਂ ਦੇ ਵਿਆਜ ਹੁੰਦੇ ਨੇ। ਇੱਕ ਹੁੰਦਾ ਹੈ ਫਲੈਟ ਵਿਆਜ, ਠੀਕ ਹੈ ਜੀ, ਫਲੈਟ ਵਿਆਜ ਹੁੰਦਾ ਹੈ, ਅਤੇ ਇੱਕ ਹੁੰਦਾ ਹੈ ਰਿਡਿਊਸਿੰਗ, ਜਿਹੜਾ ਕਿ ਹੌਲੀ ਹੌਲੀ ਘੱਟਦਾ ਰਹਿੰਦਾ ਹੈ। ਇਹਨਾਂ ਦੋਵਾਂ 'ਚ ਡਿਫਰੈਂਸ ਕੀ ਹੈ? ਇਹਨਾਂ ਦੋਵਾਂ 'ਚ ਡਿਫਰੈਂਸ ਇਹ ਹੈ ਕਿ ਜਿਵੇਂ ਕਈ ਵਾਰ ਇਹ ਹੁੰਦਾ ਆਪਾਂ ਕਿਤੇ ਬਾਈਕ ਵਗੈਰਾ ਲੈਣੀ ਹੁੰਦੀ ਹੈ, ਅਤੇ ਬਾਈਕ ਜਦੋਂ ਆਪਾਂ ਲੈਣ ਜਾਂਦੇ ਹਾਂ, ਫਾਈਨੈਂਸ ਕਰਾਉਂਦੇ ਹਾਂ, ਤਾਂ ਜਦੋਂ ਫਾਈਨੈਂਸ ਕਰਾਉਂਦੇ ਹਾਂ ਅਤੇ ਜਿੰਨਾ ਵੀ ਆਪਾਂ ਡਾਊਨ ਪੇਮੈਂਟ ਕਰਦੇ ਹਾਂ, ਉਸ ਤੋਂ ਬਾਅਦ ਜਿੰਨਾ ਵੀ ਅਮਾਊਂਟ ਬਚਦਾ ਹੈ ਆਪਣਾ, ਤਾਂ ਉਸ ਵਿਆਜ ਦੇ ਜਿਹੜਾ ਅਮਾਊਂਟ ਬਚਦਾ ਹੈ ਉਹਦੇ ਉੱਤੇ ਆਪਾਂ ਨੂੰ ਕੁਛ ਵਿਆਜ ਲਗਾ ਦਿੱਤਾ ਜਾਂਦਾ ਹੈ ਵੀ ਤੂੰ 3 ਸਾਲ ਦੇ ਵਿੱਚ ਇਹ ਕਿਸ਼ਤਾਂ ਭਰਨੀਆਂ ਨੇ। ਠੀਕ ਹੈ ਜੀ। ਜਿਹੜੀਆਂ 3 ਸਾਲ ਦੇ ਵਿੱਚ ਕਿਸ਼ਤਾਂ ਭਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਉਹ ਡਿਵਾਈਡ ਕਰ ਦਿੱਤਾ ਜਾਂਦਾ। ਹੁਣ 12 ਮਹੀਨੇ ਹੁੰਦੇ ਨੇ, 3 ਸਾਲ ਦੇ 12 ਕੀ ਹੈ 36 ਮਹੀਨੇ ਹੋ ਗਏ। ਮੰਨ ਲਓ 1 ਲੱਖ ਰੁਪਏ ਦਾ ਮੋਟਰਸਾਈਕਲ ਹੈ, 20,000 ਰੁਪਏ ਜਿਹੜਾ ਡਾਊਨ ਪੇਮੈਂਟ ਆਪਾਂ ਕਰ ਦਿੱਤੀ ਹੈ, ਅਤੇ ਇਹਦੇ ਉੱਤੇ ਦੋਸਤੋ ਜਿਹੜਾ 80,000 ਰੁਪਏ ਰਹਿ ਗਿਆ ਇਹਦੇ ਉੱਤੇ ਵਿਆਜ ਲਾ ਦਿੱਤਾ ਜਾਂਦਾ ਹੈ। ਠੀਕ ਹੈ ਜੀ। 3 ਸਾਲ ਦਾ ਵਿਆਜ ਯਾਨੀ ਕਿ 12 ਤੀਆ 36 ਮਹੀਨੇ ਦਾ ਵਿਆਜ ਲਗਾ ਦਿੱਤਾ ਜਾਂਦਾ ਹੈ, ਉਹ ਵਿਆਜ ਸਮੇਤ ਉਹਨੂੰ ਇਨਕਲੂਡ ਕਰਕੇ 36 ਮਹੀਨਿਆਂ ਦੇ ਵਿੱਚ ਉਹਨੂੰ ਡਿਵਾਈਡ ਕੀਤਾ ਜਾਂਦਾ ਹੈ। ਇਹ ਹੋ ਗਿਆ ਫਲੈਟ ਚਾਰਜ, ਜਿਹੜਾ ਹੁਣ ਮੰਨ 1 ਮਹੀਨੇ ਤੋਂ ਲੈ ਕੇ 36ਵੇਂ ਮਹੀਨੇ ਤੱਕ ਯਾਨੀ 3 ਸਾਲ ਦੇ 12ਵੇਂ ਮਹੀਨੇ ਜਿਹੜਾ ਰਹੇਗਾ ਲਾਸਟ ਵਾਲਾ ਮਹੀਨਾ, ਉਦੋਂ ਤੱਕ ਜਿਹੜਾ ਤੁਸੀਂ ਵਿਆਜ ਪਾਉਣਾ ਹੈ ਉਹ ਫਲੈਟ ਚਾਰਜ ਹੋਏਗਾ, ਫਲੈਟ ਕਿਸ਼ਤ ਬਣਾ ਦਿੱਤੀ ਜਾਂਦੀ ਹੈ ਤੁਹਾਡੀ। ਇੱਕ ਹੁੰਦਾ ਰਿਡਿਊਸਿੰਗ, ਉਹਦੇ ਵਿੱਚ ਕੀ ਹੁੰਦਾ ਹੈ ਜਿਵੇਂ ਕਿ ਹੁਣ ਤੁਸੀਂ ਮੰਨ ਲਓ ਤੁਹਾਡਾ 80,000 ਰੁਪਇਆ ਰਹਿੰਦਾ, ਉਹ 'ਤੇ ਜਿੰਨਾ ਵਿਆਜ ਲੱਗ ਜਾਂਦਾ ਹੈ, ਠੀਕ ਹੈ, ਜਿੰਨਾ ਵੀ ਲਾਉਂਦੀ ਹੈ ਕੰਪਨੀ, ਅਲੱਗ ਅਲੱਗ ਹੁੰਦਾ ਹਰੇਕ ਦਾ ਰੇਟ, ਜਿੰਨਾ ਵੀ ਉਹ ਲਾਉਂਦੀ ਹੈ ਉਹਦੇ ਵਿੱਚ ਤੁਹਾਨੂੰ 1 ਸਾਲ ਦਾ ਲਾਉਂਦੇ ਆ ਪਹਿਲਾਂ, ਠੀਕ ਹੈ, 1 ਸਾਲ ਦਾ ਜਿਹੜਾ ਵਿਆਜ ਤੁਹਾਨੂੰ ਲੱਗ ਗਿਆ, ਠੀਕ ਹੈ ਜੀ, ਪਲੱਸ ਉਹਦੀ ਜਿਹੜੀ ਕਿਸ਼ਤਾਂ ਬਣਾ ਲਿੱਤੀਆਂ ਜਾਂਦੀਆਂ ਉਹਦੇ ਵਿੱਚ ਤੁਹਾਨੂੰ ਜਿਹੜਾ ਕੀ ਹੈ ਮੂਲਧਨ, ਤੁਹਾਡਾ ਜਿਹੜਾ ਮੂਲ ਹੁੰਦਾ ਅਤੇ ਵਿਆਜ ਉਹ ਚਲਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਅਗਲੇ ਸਾਲ ਜਿੰਨੀ ਪੇਮੈਂਟ ਰਹਿ ਗਈ ਹੈ, ਮੰਨ ਲਓ ਉਹਦੇ ਵਿੱਚ ਤੁਸੀਂ 40,000 ਦੇਤਾ, ਅਤੇ ਅਗਲੇ ਸਾਲ ਤੋਂ ਬਾਅਦ ਜਿਹੜਾ ਤੁਹਾਡਾ 40,000 ਬਚਿਆ ਉਹਦੇ ਉੱਤੇ ਉਹ ਵਿਆਜ ਲੱਗਣਾ ਹੈ, ਨਾ ਕਿ ਪੂਰਾ 80,000 'ਤੇ ਵਿਆਜ ਲੱਗਦਾ ਹੈ। ਇਹ ਹੁੰਦਾ ਰਿਡਿਊਸਿੰਗ ਵਿਆਜ, ਇੱਕ ਹੁੰਦਾ ਫਲੈਟ ਚਾਰਜ ਅਤੇ ਇੱਕ ਰਿਡਿਊਸਿੰਗ ਚਾਰਜ। ਇਹਨਾਂ ਬਾਰੇ ਆਪਾਂ ਹੋਰ ਇੱਕ ਗੱਲ ਕਰਾਂਗੇ ਕਦੇ ਆਉਣ ਵਾਲੀ ਵੀਡੀਓ ਦੇ ਵਿੱਚ। ਤਾਂ ਦੋਸਤੋ ਇਹ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਇਹ ਵਿਆਜ ਹੈ ਆਪਾਂ ਇਸ ਤਰ੍ਹਾਂ ਪੇ ਕਰਦੇ ਹਾਂ, ਠੀਕ ਹੈ ਜੀ, ਇੱਕ ਆਪਣਾ ਵਿਆਜ ਹੋ ਗਿਆ ਅਤੇ ਇੱਕ ਆਪਣਾ ਮੂਲਧਨ ਹੋ ਗਿਆ। ਇਹਨਾਂ ਦੀਆਂ ਕਿਸ਼ਤਾਂ ਬਣਾ ਦਿੱਤੀਆਂ ਜਾਂਦੀਆਂ ਨੇ EMI, ਠੀਕ ਹੈ, EMI ਬਣਾ ਦਿੱਤੀ ਜਾਂਦੀ ਹੈ, ਆਪਾਂ ਪੇ ਕਰਦੇ ਹਾਂ, ਠੀਕ ਹੈ। ਕਈ ਵਾਰ ਕੀ ਹੁੰਦਾ ਹੈ, ਹੁਣ ਆਪਾਂ ਗੱਲ ਕਰਦੇ ਹਾਂ ਮੇਨ ਮੁੱਦੇ 'ਤੇ, ਵਿਆਜ ਮਾਫ ਕਿਹੜਾ ਹੋਏਗਾ। ਤਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਤੁਸੀਂ EMI ਬਣਵਾ ਲਿਆ ਆਪਣਾ, ਠੀਕ ਹੈ ਜੀ, ਕਈ ਵਾਰ ਹੁੰਦਾ ਜਿਵੇਂ ਆਪਾਂ ਕੰਪਨੀਆਂ ਤੋਂ, ਜਿਵੇਂ ਕਿ ਕੋਈ ਆਪਾਂ ਕੂਲਰ ਲੈਣਾ ਹੈ, ਠੀਕ ਹੈ ਜੀ, ਕਿਸੇ ਵੀ ਤਰੀਕੇ ਦਾ ਕੋਈ ਵੀ ਸਮਾਨ ਲਿਆ ਉਹਦੇ ਉੱਤੇ ਆਪਾਂ EMI ਬਣਾ ਤੀ। ਆਪਾਂ EMI ਤਾਂ ਹੀ ਬਣਾਉਂਦੇ ਕਿਉਂਕਿ ਆਪਣੇ ਕੋਲ ਇਕੱਠਾ ਪੈਸਾ ਨਹੀਂ ਹੁੰਦਾ, ਵਿਆਜ ਸਮੇਤ ਆਪਾਂ ਪੈਸਾ ਸੋਚਦੇ ਹਾਂ ਦੇ ਦਾਂਗੇ, ਹੌਲੀ ਹੌਲੀ ਆਪਣੀਆਂ ਮੂਲ ਵੀ ਉਤਰਿਆ ਜਾਏਗਾ, ਠੀਕ ਹੈ। ਇਹਦੇ ਉੱਤੇ ਕੀ ਹੁੰਦਾ, ਕਈ ਵਾਰ ਆਪਣੇ ਕੋਲ ਜਿਹੜੀ ਕਿਸ਼ਤ ਹੈ ਉਹ ਨਹੀਂ ਭਰੀ ਜਾਂਦੀ। ਕਿਸ਼ਤ ਜਦੋਂ ਨਹੀਂ ਭਰੀ ਜਾਂਦੀ ਤਾਂ ਕੰਪਨੀ ਕੀ ਕਹਿੰਦੀ ਹੈ, ਜਿਹੜਾ ਆਪਣਾ ਲੇਟ ਹੋ ਗਿਆ ਇਸ 'ਤੇ ਵਿਆਜ ਲਾਉਂਦੀ ਹੈ। ਉਰੇ RBI ਦਾ ਜਿਹੜਾ ਨਵਾਂ ਰੂਲ ਆਇਆ, ਕੀ ਰੂਲ ਆਇਆ ਕਿ ਜੇ ਕੋਈ ਵੀ ਕੰਪਨੀ ਹੈ ਜਦੋਂ ਤੁਹਾਡੀ EMI ਬਣ ਗਈ, ਠੀਕ ਹੈ ਜੀ, ਕਿਸ਼ਤ ਬਣ ਗਈ ਤੁਹਾਡੀ ਦੀ, ਉਹਦੇ ਉੱਤੇ ਕਦੇ ਵੀ ਤੁਹਾਨੂੰ ਜਿਹੜਾ ਕੀ ਹੈ ਇੰਟਰਸਟ, ਠੀਕ ਹੈ ਜੀ, ਵਿਆਜ ਨਹੀਂ ਲਗਾਏਗੀ।
ਉਹਦਾ ਅਲੱਗ ਤੋਂ ਇੱਕ ਕੈਟੇਗਰੀ ਰੱਖੀ ਹੋਈ ਹੈਗੀ, ਉਹਨੂੰ ਪਲੰਟੀ ਲਾ ਸਕਦੀ ਹੈਗੀ, ਜਿਵੇਂ 100-200 ਰੁਪਏ 50 ਰੁਪਏ ਉਹ ਅਲੱਗ ਤੋਂ ਲਗਾ ਸਕਦੀ ਹੈ, ਉਹ ਵੀ ਜੇ ਤੁਸੀਂ ਉਹ ਵੀ ਕੰਪਨੀ ਮਾਫ਼ ਕਰ ਸਕਦੀ ਹੈ ਬੈਂਕ ਦੇ ਵਿੱਚ, ਜੇ ਆਪਾਂ ਅਰਜ਼ੀ ਲਗਾਈਏ ਤਾਂ ਉਹ ਵੀ ਮਾਫ਼ ਹੋ ਸਕਦੀ ਹੈ, ਜਿਵੇਂ ਕਿ ਸਕੂਲ ਦੇ ਵਿੱਚ ਜਦੋਂ ਆਪਾਂ ਨਹੀਂ ਜਾਂਦੇ ਸੀ ਆਪਾਂ ਨੂੰ ਫਾਈਨ ਲੱਗਦਾ ਸੀ, ਉਹ ਫਾਈਨ ਦੇ ਤੌਰ 'ਤੇ ਲਗਾ ਸਕਦੀ ਹੈ ਪਲੰਟੀ, ਨਾ ਕਿ ਉਹਦੇ ਉੱਤੇ ਵਿਆਜ ਲਗਾ ਸਕਦੇ ਕਿਸ਼ਤ ਦੇ ਉੱਤੇ, ਕਿਉਂਕਿ ਕਿਸ਼ਤ ਦੇ ਵਿੱਚ ਇਨਕਲੂਡ ਪਹਿਲਾਂ ਤੋਂ ਹੀ ਤੁਹਾਡਾ ਜਿਹੜਾ ਹੈ ਇੰਟਰਸਟ ਹੈ, ਠੀਕ ਹੈ, ਵਿਆਜ ਕਿਸ਼ਤ ਦੇ ਵਿੱਚ ਹੀ ਹੈ ਤੁਹਾਡਾ ਮੂਲਧਨ, ਅਤੇ ਵਿਆਜ ਕਿਸ਼ਤ ਦੇ ਵਿੱਚ ਪਹਿਲਾਂ ਹੀ ਹੈ, ਤਾਂ ਇਸ 'ਤੇ ਕਦੇ ਵੀ ਕੋਈ ਵੀ ਬੈਂਕ ਜਾਂ ਫਿਰ ਫਾਈਨੈਂਸ ਕੰਪਨੀ ਤੁਹਾਨੂੰ ਅਲੱਗ ਤੋਂ ਇੰਟਰਸਟ ਨਹੀਂ ਲਗਾ ਸਕਦੀ। ਜੇ ਕਦੇ ਵੀ ਇੰਟਰਸਟ ਵਗੈਰਾ ਇਹੋ ਜਿਹਾ ਕੋਈ ਕੰਮ ਕਰਦੀ ਹੈ ਕੰਪਨੀ ਤੁਹਾਨੂੰ ਕਹਿੰਦੀ ਹੈ, ਤਾਂ ਤੁਸੀਂ RBI ਦੀ ਸਾਈਟ 'ਤੇ ਜਾਣਾ, ਉੱਥੋਂ ਟੋਲ ਫਰੀ ਨੰਬਰ ਚੱਕਣਾ ਹੈ, ਤਾਂ ਉਸ 'ਤੇ ਤੁਸੀਂ ਸ਼ਿਕਾਇਤ ਕਰਨੀ, ਆਪਣਾ ਲੋਨ ਦਾ ਜਿਹੜਾ ਨੰਬਰ ਹੈ ਉਹ ਦੱਸਣਾ, ਸਾਰਾ ਕੁਝ ਦੱਸਣਾ ਵੀ ਇਹ ਕੰਪਨੀ ਹੈ ਸਾਡੇ ਕੋਲ ਜਿਹੜਾ ਲੋਨ ਹੈ ਜਿਹੜਾ, ਠੀਕ ਹੈ ਜੀ, ਅਸੀਂ ਭਰ ਰਹੇ ਸੀ, ਸਾਡੇ ਕੋਲ ਕਿਸ਼ਤ ਨਹੀਂ ਭਰੀ ਗਈ, ਤਾਂ ਇਸ ਜਿਹੜੀ ਕਿਸ਼ਤ ਹੈ ਇਹ 'ਤੇ ਅਸੀਂ ਜਿਹੜੀ ਕਿਸ਼ਤ ਨਹੀਂ ਭਰੀ ਗਈ, ਇਹ 'ਤੇ ਸਾਨੂੰ ਪਲੰਟੀ ਯਾਨੀ ਕਿ ਵਿਆਜ ਲਗਾ ਰਿਹਾ, ਪਲੰਟੀ ਲਗਾ ਸਕਦਾ, ਵਿਆਜ ਨਹੀਂ ਲਗਾ ਸਕਦਾ, ਠੀਕ ਹੈ ਜੀ। ਇਸੀ ਵਿਆਜ ਮਾਫ਼ੀ ਨੂੰ ਲੈ ਕੇ RBI ਦਾ ਨਵਾਂ ਰੂਲ ਕਿ ਕੋਈ ਵੀ ਜਦੋਂ EMI ਬਣ ਜਾਂਦੀ ਹੈ ਅਤੇ ਉਸ ਤੋਂ ਬਾਅਦ ਕੋਈ ਵੀ ਕੰਪਨੀ ਹੈ, ਚਾਹੇ ਬੈਂਕ ਹੋਵੇ ਚਾਹੇ ਫਿਰ ਫਾਈਨੈਂਸ ਕੰਪਨੀ ਹੈ, ਉਹ ਤੁਹਾਨੂੰ ਜਿਹੜਾ ਹੈ ਕਿਸ਼ਤ ਦੇ ਉੱਤੇ ਜੇ ਲੇਟ ਹੋ ਜਾਂਦੀ ਹੈ ਤਾਂ ਕਿਸ਼ਤ ਦੇ ਉੱਤੇ ਤੁਹਾਨੂੰ ਕਦੇ ਵੀ ਇੰਟਰਸਟ ਨਹੀਂ ਲਗਾ ਸਕਦੀ, ਠੀਕ ਹੈ ਜੀ। ਇਹੋ ਜਿਹੀਆਂ ਹੋਰ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਧੰਨਵਾਦ।